ਸਿਸਟਰਸ ਤੇ ਆਪਾਂ ਸਮਾਨ ਜਿਹਾ ਆਲਮੋਸਟ ਪੈਕ ਕਰ ਲਿਆ ਸੀਗਾ ਤੇ ਪਰ ਲੋਕ ਨਾ ਲੱਭ ਨਹੀਂ ਰਹੇ ਸੀ ਮਤਲਬ ਏਦਾਂ ਹੋਇਆ ਕਿ ਜਿਹੜਾ ਸਮਾਨ ਮੂਵ ਕੀਤਾ ਸੀਗਾ ਨਾ ਉੱਧਰ ਸ਼ੈਲਬਰਨ, ਉਹਦੇ ਵਿੱਚ ਮੇਰਾ ਇੱਕ ਬੈਗ ਸੀਗਾ, ਉਹਦੇ ਵਿੱਚ ਲੋਕ ਸੀਗੇ, ਉਹ ਵੀ ਉਹਦੇ ਵਿੱਚ ਹੀ ਚੱਲ ਗਏ, ਉੱਥੇ ਰੱਖੇ ਜਾਂਦੇ ਮੈਨੂੰ, ਮੈਂ ਉਹਦੇ 'ਚੋਂ ਕੱਢਣਾ ਭੁੱਲ ਗਈ ਅਤੇ ਸਿੰਘ ਸਾਹਿਬ ਕਹਿੰਦੇ ਸੀ ਰਹਿਣ ਦਿੰਦੇ ਹਾਂ ਲੋਕ ਲਾਉਣ ਨੂੰ ਕੀ ਆ, ਮੈਂ ਕਿਹਾ ਨਹੀਂ ਵੀ ਲੈ ਕੇ ਆਉਣੇ ਆਗੇ, ਉਹਦੇ ਨਾਲ ਜਿੱਪ ਜੀ ਮਤਲਬ ਇਹਦੀ ਕੋਈ ਬਹੁਤੀ ਪ੍ਰੋਟੈਕਸ਼ਨ ਤਾਂ ਹੁੰਦੀ ਨਹੀਂ, ਪਰ ਫਿਰ ਵੀ ਮੈਂ ਕਿਹਾ ਨਾ ਜਿੱਪ ਬੰਦ ਜੀ ਰਹਿ ਜਾਂਦੀ ਉਹ, ਕਈ ਵਾਰ ਬੈਗ ਦੀ ਜਿੱਪ ਜੀ ਖੁੱਲ੍ਹ ਜਾਂਦੀ ਆ ਕੋਈ, ਹੈ ਨਾ, ਮੈਂ ਕਿਹਾ ਫਿਰ ਉਹ ਕੰਮ ਨਹੀਂ ਹੋਊਗਾ ਤਾਂ ਲੈ ਆਉਣੇ ਆ, ਅਤੇ ਫਿਰ ਆਪਾਂ ਇੱਧਰ ਆਏ ਸੀਗੇ ਡੋਲਰਮ ਅਤੇ ਇੱਥੋਂ ਮੈਂ ਲੈ ਲਿਆ ਕਿਉਂਕਿ ਘਰ ਦੇ ਨੇੜੇ ਆਹੀ ਵਾਲਾ ਸਟੋਰ ਹੈਗਾ, ਇੱਥੋਂ ਇਹ ਪਹਿਲਾਂ ਪਤਾ ਨਹੀਂ ਸੀਗਾ ਮਿਲਣਗੇ ਵੀ ਕਿ ਨਹੀਂ ਮਿਲਣਗੇ, ਪਰ ਫਿਰ ਮੈਂ ਇੱਥੋਂ ਲੈ ਆਈ ਜਾ ਕੇ ਹੁਣ। ਹਾਂਜੀ, ਮੈਂ ਜੀ ਟੀ ਵੀ ਵਾਲੇ ਬਿਕਾਊ ਐਂਕਰ ਦੀ ਕੋਟ ਸੁਣੀ ਸੀ, ਇਹਦੇ ਕੋਟ ਸੀ, ਅੱਜ ਕੱਲ੍ਹ ਇੰਸਟਾਗ੍ਰਾਮ ਚੱਲਦੇ ਹੁੰਦੇ ਨੇ, ਇੰਸਟਾਗ੍ਰਾਮ ਰੀਲੀ ਹੈ ਨਾ, ਉਹ ਦੇਖੇ ਵਾਲਾਂ ਦੇ ਵਿੱਚ ਗ੍ਰੇ ਹੇਅਰ, ਹਾਂ ਹੁਣ ਉਹੀ ਚੱਲਿਆ, ਬੜਾ ਸਿਆਣਾ ਘੈਂਟ ਬੋਲਦਾ ਹੁੰਦਾ, ਬੋਲਣਾ ਤੇਰੇ ਕੈਂਕਰਾਂ ਹੁੰਦਾ ਹੀ ਆ, ਕਹਿੰਦਾ ਵੀ ਕਿਸੇ ਵੀ ਦਰਵਾਜ਼ੇ ਤੇ ਲੱਗਿਆ ਹੋਇਆ ਤਾਲਾ ਸਿਰਫ ਇੱਕ ਇਮਾਨਦਾਰ ਆਦਮੀ ਦਾ ਮਾਨ ਡੋਲਣ ਤੋਂ ਬਚਾਉਣ ਲਈ ਹੁੰਦਾ, ਨਹੀਂ ਚੋਰਾਂ ਨੂੰ ਤਾਲਿਆਂ ਤੱਕ ਹੀ, ਮਤਲਬ ਉਹਨੇ ਤਾਂ ਤੋੜ ਕੇ ਚੋਰੀ ਕਰ ਹੀ ਜਾਣੀ ਆ, ਸੋ ਇਸ ਲਈ ਆਪਾਂ ਵੀ ਕਿਸੇ ਦਾ ਮਾਨ ਨਾ ਡੋਲੇ, ਛੋਟੇ ਛੋਟੇ ਲਾ ਦਿਆ ਬੱਚਾ ਚਿੱਤਰ ਨਹੀਂ ਲਾਉਣਾ ਹੈਗਾ, ਜਿਹਦਾ ਸਿਰਫ ਬੰਦੇ ਦੀ ਇਹ ਤਾਂ ਉਹ ਹੁੰਦੀ ਆ ਵੀ ਉਹਦਾ ਡੈਡੀ ਕਹਿੰਦਾ ਮਨੀ ਰਾਮ, ਉਹਦਾ ਮਨੀ ਰਾਮ ਉਹਨੂੰ ਉਹ ਐਕਟੀਵੇਟ ਹੋ ਜਾਵੇ ਵੀ ਉਹ ਚੋਰੀ ਨਾ ਕਰੇ, ਚੱਲ ਮੈਂ ਬਾਲਾ ਉੱਜ ਗਿਆ ਚਾਬੀ, ਅੱਛਾ ਜੀ ਚਾਬੀ ਇਹਦੇ ਨਾਲ ਨਹੀਂ ਕੋਈ ਨਾ, ਮੈਂ ਖੁੱਲ ਗਿਆ, ਵਜਨ ਆਪਣਾ ਹੀ ਸਾਰਿਆਂ 'ਚ ਠੀਕ ਆ ਗਿਆ, ਇਹ 'ਚ ਥੋੜ੍ਹਾ ਜਿਹਾ ਵੱਧ ਸੀਗਾ, ਇਹ 'ਚੋਂ ਕੱਢ ਕੇ ਇਹ 'ਚ ਪਾ ਦਿਆ, ਪਰ ਵਜਨ ਕਿਉਂਕਿ ਕਿਸੇ 14 ਕਿਸੇ 15 ਕਿਸੇ 16 ਉੱਦਾਂ ਉੱਦਾਂ ਵਾ, ਡਰੱਗਸ ਕੀ ਚ ਇਹ ਨਹੀਂ ਦੱਸਣੇ, ਡਰੱਗਸ ਉਹ ਗੋਲੀਆਂ, ਗੋਲੀਆਂ ਡਰੱਗਸ ਹੀ ਹੁੰਦੀਆਂ ਨੇ, ਬਚਣਗੇ ਤਾਂ ਹੀ ਪਾਵਾਂਗੇ, ਹਲੇ ਵੀ ਆਪਾਂ ਕਰ ਸਕਦੇ ਹੈਗੇ, ਜਿਵੇਂ ਇੱਕ ਉਹ ਆ, ਇਹ ਵੀ ਨਸ਼ਾ ਵੀ ਆ, ਉਹ ਇੱਕ ਬਹੁਤ ਲੱਲਨ ਟੋਪ ਵਾਲੇ ਚੱਲੇ ਹੋਏ ਆ, ਉਹ ਕਹਿੰਦਾ ਯਾਰ ਦੇਖੋ ਇਹਦੇ ਉੱਤੇ ਲਿਖਿਆ ਹੋਇਆ ਜਾਦੇ ਦੀ ਪੁੜੀ ਤੇ ਵੀ ਇਹਦੇ ਨਾਲ ਤੰਬਾਕੂ ਹੁੰਦਾ ਸੀ, ਇਹ ਖਾਂਦੇ ਆ, ਕਹਿੰਦਾ ਦੂਜੀ ਨਕਲੀ ਆ, ਉਹ ਕਹਿੰਦਾ ਜਿਹਦੇ ਉੱਤੇ ਪੈਕਟ ਤੇ ਬਣਿਆ ਹੋਵੇ ਨਾ ਵੀ ਇਹਦੇ ਨਾਲ ਕੈਂਸਰ ਹੁੰਦਾ, ਕਹਿੰਦਾ ਉਹ ਅਸਲੀ ਆ, ਉਹਦਾ ਨਸ਼ਾ ਹੁੰਦਾ, ਕਹਿੰਦਾ ਜਿਹਦੇ ਤੇ ਨਹੀਂ ਕੈਂਸਰ, ਕਹਿੰਦਾ ਉਹਦੀ ਖਾਂਦੀ ਨਹੀਂ, ਕਹਿੰਦਾ ਮਿਲਾਵਟ ਵਾਲੀ ਹੈ, ਕਹਿੰਦਾ ਇਸ ਲਈ ਨਹੀਂ, ਨਸ਼ਾ ਤੋਂ ਤਾਂ ਸੱਚੀ ਬਹੁਤ ਦੂਰ ਰਹਿਣਾ ਚਾਹੀਦਾ, ਬੜੀ ਗੰਦੀ ਚੀਜ਼ ਆ, ਬੜੀ ਜ਼ਿਆਦਾ ਗੰਦੀ ਚੀਜ਼ ਆ, ਜਿਵੇਂ ਈਵਨ ਸਿਗਰਟ ਪੀਂਦੇ ਨੇ, ਦਾਰੂ ਪੀਂਦੇ ਨੇ, ਕਿੰਨੀ ਸਮੈਲ ਆਉਂਦੀ ਹੈ, ਬਹੁਤ ਉਹਨਾਂ ਨੂੰ ਤਾਂ ਨਜ਼ਾਰਾ ਹੀ ਆਉਂਦਾ ਤਾਂ ਹੀ ਪੀਂਦੇ ਆ, ਘਰਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੀ ਮਾਂ ਦੀ ਚੈਨੀ ਲਾ ਕੇ ਲੈ ਜਾਂਦੇ ਆ, ਕੁੱਟਦੇ ਆ, ਘਰ ਵਾਲੀਆਂ ਕੁੱਟ ਦਿੰਦੇ ਆ, ਮਜਬੂਰੀ ਬਣ ਜਾਂਦੀ ਹੈ ਨਾ, ਉਹਨੇ ਜਵਾਬ ਭੁੱਖੇ ਮਰ ਰਿਹਾ, ਕਹਿੰਦੇ ਨਹੀਂ ਸਾਨੂੰ ਬੋਤਲ ਚਾਹੀਦੀ, ਕਮਾਲ ਦੀ ਗੱਲ, ਕਿੰਨੀ ਘੈਂਟ ਚੀਜ਼ ਹੋਣੀ ਸੋਚ ਕੇ ਦੇਖੋ, ਦੂਜੀ ਉਹ ਵੀ ਕੋਈ ਨਾ, ਉਹ ਕਰ ਲਓ, ਮੈਨੂੰ ਵੀ ਲੱਗਦਾ ਲੋਕ ਖੋਲ ਲਓ, ਸਿੰਘ ਸਾਹਿਬ ਲੋਕ ਖੋਲ ਲਓ ਫਿਰ ਨਿਕਲ ਜਾਣੀ ਆ, ਵੈਸੇ ਇੱਕ ਗੱਲ ਹੋਰ ਆ, ਡੋਲਰਾਮਾ ਦੇ ਸਾਰੇ ਲੋਕ ਨੇ ਜਿਹੜੀ ਇੱਕੋ ਹੀ ਚਾਬੀ ਲੱਗਦੀ ਆ, ਉਹਨਾਂ ਨੇ ਚੋਰਾਂ ਨੇ ਪਹਿਲਾਂ ਹੀ ਰੱਖੀਆਂ ਹੀ ਹੋਣਗੀਆਂ, ਡੋਲਰਾਮਾ ਨੂੰ ਮਾੜਾ ਨੀ ਗਿਆ, ਲੋਕ ਇਹਨਾਂ ਕਰਕੇ ਸਾਡੇ ਘਰ ਚੱਲ ਰਹੇ ਨੇ, ਕਾਸ਼ ਫਰਨੀਚਰ ਵੀ ਡੋਲਰਾਮਾ ਤੇ ਮਿਲਣ ਲੱਗ ਜਾਵੇ, ਇਹਨਾਂ ਕਰਦੇ ਉਲਝ ਗਏ, ਚਾਬੀ ਦੀ ਲੋੜ ਹੀ ਨੀ ਲੋਕ ਲਾਉਣ ਲਈ।
ਸਿੱਧੇ ਨਾ ਕੱਠੀ ਕਰਕੇ ਰੱਖ ਦੇ ਕਈ ਤੇਜ਼ ਮੈਂ ਕੱਠੀ ਕਰਕੇ ਮੈਂ ਕੱਠੀ ਕਰਕੇ ਰੱਖ ਰਿਹਾ ਕੋਈ ਚੱਕਰ ਨਹੀਂ ਆ ਇੱਕ ਬੈਗ ਚ ਇਹਨਾਂ ਨੇ ਮੈਨੂੰ ਲੈ ਕੇ ਜਾਣਾ ਕਿਉਂਕਿ ਮੇਰੀ ਫਰੈਂਡ ਇੱਕ ਮਿਲ ਗਈ ਮੈਂ ਰਵੀ ਹੋਰ ਵੀ ਤਿਆਰੀ ਕਰਦੀ ਸੀ ਪਤਾ ਨੀ ਸਬਜ਼ੀ ਨਾਲ ਕਾਹਦੇ ਨਾਲ ਰੋਟੀਆਂ ਲੈ ਕੇ ਜਾਊਂਗੀ ਮੈਂ ਕਿਹਾ ਨਹੀਂ ਰਹਿਣ ਦੇ ਇੰਨਾ ਕਾਹਨੂੰ ਕਰਨਾ ਵਾ ਤੇ ਕਹਿੰਦੀ ਜਹਾਜ਼ ਵਾਲਾ ਫੂਡ ਬੇਕਾਰ ਹੁੰਦਾ ਵਧੀਆ ਨੀ ਹੁੰਦਾ ਹੈਗਾ ਮੈਨੂੰ ਨੀ ਵਧੀਆ ਲੱਗਦਾ ਹੈਗਾ ਤੇ ਕਿਉਂਕਿ ਇਹ ਏਅਰਲਾਈਨ ਵਾਲਾ ਟੇਸਟ ਵੀ ਕੀਤਾ ਹੋਇਆ ਵਾ ਸੋ ਹੁਣ ਮੌਕੇ ਤੇ ਫਿਰ ਚੋਰੀ ਕੁੱਟੀ ਜਾ ਰਹੀ ਆ ਰੋਟੀਆਂ ਬਣ ਗਈਆਂ ਚੋਰੀ ਮੇਰੀ ਵੀ ਹੈਗੀ ਆ ਵਿੱਚ ਮਾੜੀ ਜਿਹੀ ਮੈਨੂੰ ਲੱਗਦਾ ਹੈਗੀ ਚੋਰੀ ਤਾਂ ਮੈਂ ਕਿਹਾ ਸੀ ਮੈਂ ਖਾਲੂ ਰੋਟੀ ਨਹੀਂ ਮੈਂ ਖਾਣੀ ਹੈਗੀ ਮੈਂ ਕਿਹਾ ਜਹਾਜ਼ ਉੱਥੇ ਖੋਲੇਗੀ ਵੀ ਸਾਗ ਕਿਸੇ ਚੀਜ਼ ਦੀ ਵੀ ਸਾਰੇ ਪਾਸੇ ਸਵੈਲ ਖੁਸ਼ਬੂਏ ਖੁਸ਼ਬੂ ਉੱਡ ਜਾਣੀਆਂ ਅੱਖਾਂ ਚੱਕ ਚੱਕ ਦੇਖਣਗੇ ਲੋਕ ਬਾਕੀ ਹੋਪਫੁਲੀ ਜਹਾਜ਼ 'ਚ ਭੀੜ ਨਹੀਂ ਹੋਊਗੀ ਕਿਉਂਕਿ ਗਰਮੀਆਂ ਕਰਕੇ ਘੱਟ ਹੀ ਲੋਕ ਜਾਂਦੇ ਨੇ ਜੇ ਨਾ ਹੋਵੇ ਤਾਂ ਵੱਧ ਵਧੀਆ ਬਸ ਹੁਣ ਨਹਾ ਧੋ ਕੇ ਤਿਆਰ ਹੁੰਦੇ ਹਾਂ ਜੀ ਭੁੱਲ ਗਿਆ ਮੈਂ ਕੀ ਕਹਿੰਦੇ ਹੁੰਦੇ ਸੀਗੇ ਕਵਰਿੰਗ ਰੈਪ ਰੈਪ ਕੁਛ ਤੇ ਪਲਾਸਟਿਕ ਰੈਪ ਕੀ ਕਹਿੰਦੇ ਸਕਿੱਟਾਂ ਇਹਨਾਂ ਨੂੰ ਵੇਟਦੇ ਹੁੰਦੇ ਸੀ ਉਹ ਚੌੜਾ ਹੁੰਦਾ ਸੀ ਥੋੜਾ ਘੱਟ ਚੌੜਾ ਪਤਾ ਨੀ ਕੀ ਕਿਹਾ ਸੀ ਭੁੱਲ ਗਿਆ ਹੁਣ ਮੈਂ ਥੋੜਾ ਥੋੜਾ ਲਵੇਟ ਦਿੰਦੇ ਹਾਂ ਮੈਂ ਕਿਹਾ ਵੀ ਇਹਦੇ ਨਾਲ ਥੋੜੀ ਜਿਹੀ ਮਜ਼ਬੂਤੀ ਜੀ ਆ ਜਾਊਗੀ ਮੈਂ ਸੋਚ ਰਿਹਾ ਸੀ ਮੇਰਾ ਕੁਛ ਠੰਡੀ ਚੀਜ਼ ਖਾਣ ਨੂੰ ਜੀ ਕਰ ਰਿਹਾ ਸੀਗਾ ਹੁਣ ਜਦ ਕਰਦੇ ਸੀ ਬੈਠਦੇ ਸੀਗੇ ਗਰਮੀ ਜੀ ਆਉਣ ਲੱਗ ਗਈ ਤੇ ਫਿਰ ਮੈਨੂੰ ਯਾਦ ਆਇਆ ਵੀ ਯੋਗਟ ਜੇ ਪਏ ਨੇ ਇਹ ਐਤਕੀ ਅੰਗਦ ਨੂੰ ਵਾਲਾ ਫਲੇਵਰ ਇੰਨਾ ਵਧੀਆ ਨੀ ਲੱਗਿਆ ਹੈਗਾ ਆਪਾਂ ਨੂੰ ਤਾਂ ਚਲੋ ਸਾਰੇ ਵਧੀਆ ਲੱਗਦੇ ਨੇ ਇੱਕ ਲਾਈਮ ਵਾਲਾ ਸੀਗਾ ਕਿਉਂਕਿ ਇੱਕ ਹੋਰ ਇਹ ਤੋਂ ਬਿਨਾਂ ਉਹ ਮੈਨੂੰ ਵੱਧ ਸਵਾਦ ਲੱਗਿਆ ਸੋ ਠੰਡਾ ਠੰਡਾ ਜਿਹਾ ਖਾ ਕੇ ਜਾਂਦੇ ਹਾਂ ਥੋੜ੍ਹੀ ਜਿਹੀ ਠੰਡ ਪਾ ਦੂਗਾ ਸਿਹਤ ਲਈ ਵੀ ਵਧੀਆ ਕਹਿੰਦੇ ਨੇ 40 ਕੈਲਰੀਆਂ ਨੇ 100 ਗ੍ਰਾਮ ਦੇ ਵਿੱਚ ਅਤੇ ਪ੍ਰੋਟੀਨ ਵੀ ਹਾਈ ਹੁੰਦਾ ਇਹਦੇ ਵਿੱਚ ਬਾਕੀ ਸਾਰਾ ਕੁਛ ਆਪਣਾ ਰੈਡੀ ਆ ਜੀ ਥੋੜ੍ਹੇ ਜਿਹੇ ਆਪਣੇ ਡਰਾਇਰ 'ਚ ਪਾਏ ਹੋਏ ਨੇ ਜਿਹੜੇ ਅਸੀਂ ਹੁਣੇ ਧੋਤੇ ਨੇ ਪਾਏ ਹੋਏ ਸੀਗੇ ਉਹ ਜਦੋਂ ਸੁੱਕ ਗਏ ਆਪਾਂ ਨਾਲ ਦੀ ਨਾਲ ਬਸ ਸੂਟਕੇਸਾਂ ਦੇ ਵਿੱਚ ਪਾ ਕੇ ਗੱਡੀ ਦੇ ਵਿੱਚ ਸੂਟਕੇਸ ਸਿੱਟ ਲੈਣੇ ਆ ਹੁਣ ਇਹਨਾਂ ਨੂੰ ਗੱਡੀ ਦੇ ਵਿੱਚ ਸੈੱਟ ਕਰਕੇ ਰੱਖੀਏ ਆਪਾਂ ਆਲਮੋਸਟ ਟਾਈਮ 'ਤੇ ਚੱਲਦੇ ਹਾਂ ਸਹੀ ਸਹੀ ਟਾਈਮ 'ਤੇ ਚੱਲਦੇ ਹਾਂ ਰਿਵਰਸ ਇਮੀਗ੍ਰੇਸ਼ਨ ਇਜ਼ ਰੀਅਲ ਕੀ ਰੱਖਿਆ ਇਹਨਾਂ ਮੁਲਕਾਂ 'ਚ ਪੰਜਾਬ ਦੀ ਮਿੱਟੀ ਤੋਂ ਦੂਰ ਜਾ ਕੇ ਇਹਦਾ ਤਾਂ ਦਿਲ ਨਹੀਂ ਲੱਗਦਾ ਘਰ ਚਲੇ ਹਮ ਵਿਦਾ ਜਾਣਾ ਤੈਨੂੰ ਬਾਕੀਓ ਦੋ ਹੀ ਐਚੀਆਂ ਟੈਚੀਆਂ ਦੇ ਟਾਇਰ ਨੇ ਬਾਕੀ ਸਾਰੇ ਦੋਏ ਆ ਚੱਕ ਲੋ ਭਾਈ ਚੱਕ ਲੋ ਚੱਕ ਲੋ ਟਾਇਰ ਟੁੱਟ ਜਾਣਾ ਨੀ ਪਰ ਆ ਹੀ ਜਾਣਾ ਵਾ ਹਾਂਜੀ ਉਹ ਚਾਹ ਕਰਦਾ ਨਾ ਉਹਦੇ ਨਾਲ ਟੈਚੀ ਆਉਣੇ ਲੱਗੇ ਦੂਜੇ ਨੇ ਬੈਗ ਟੈਚੀ ਕੋਈ ਹਾਂਜੀ ਹਾਂ ਆਈ ਆ ਬਸ ਤੇਰਾ ਨਾਂ ਯੂਜ਼ ਕਰਕੇ ਚੱਲੀ ਜਾਂਦੇ ਆ ਵੈਸੇ ਥੋੜਾ ਥੋੜਾ ਕਰਦੇ ਆ ਸਮਾਨ ਕਾਫੀ ਹੋ ਗਿਆ ਨਿੱਗਰਦੇ ਭਾਰੇ ਹੋ ਜਾਂਦੇ ਨੇ ਇੰਨੇ ਟਾਇਟ ਜਿਹੇ ਹੋਣਗੇ ਫੁੱਲਵੇਂ ਹੁਣ ਹਲਕੇ ਲੱਗਦੇ ਆ ਜਾਂ ਡੈਂਸੇ ਹੋ ਜਾਂਦੇ ਨਿੱਗਰ
ਚਲੋ ਵੀ ਦੋ ਟੈਚ ਤੁਸੀਂ ਦੋ ਟੈਚ ਇਕੱਠੇ ਕਿਵੇਂ ਚੱਕਦੇ? ਕੰਨਾਂ ਚ ਝੁਮਕੇ ਪਾਏ ਹੁੰਦੇ ਆ, ਬੜਾ ਤਕੜਾ ਹੋ ਗਿਆ। ਦੋ ਟੈਚ ਹੀ ਚੱਕਦੇ, ਕਮਾਲ ਹੀ ਕਰ ਦਿੱਤੀ। ਤੁਸੀਂ ਟੈਚੀ ਸਹੀ ਤਰੀਕੇ ਰੱਖਣਾ, ਤਿੰਨ ਚਾਰ ਟੈਚੀ ਹੋਰ ਆਉਣੇ ਆ, ਉਹਨਾਂ ਦੇ ਵਿਚਕਾਰ ਛੋਟਾ ਟੈਚੀ ਆ ਜਾਣਾ ਸੀਗਾ। ਨਹੀਂ ਮੈਂ ਨੀ ਦੱਸਦੀ ਜੀ, ਮੈਂ ਤਾਂ ਵਿਚਾਰੀ ਕੁਛ ਨੀ ਕਹਿੰਦੀ। ਮੈਂ ਲਿਆਵਾਂ ਕੱਪੜੇ ਕੱਢ ਕੇ ਤੁਰੀਏ। ਇੱਕ ਟੈਚ ਰਹਿ ਗਿਆ ਸੀਗਾ, ਇਹ ਵੀ ਰੈਪ ਕਰਤਾ। ਤਕਨੀਕ ਦਾ ਸੀ ਆਉਣੇ ਵੱਲੋਂ ਪੂਰਾ ਦਿਮਾਗ ਲਾਇਆ, ਪੈਕਿੰਗ ਵਾਲੇ ਤੇ ਲੱਗੀ ਲੱਗਦੀ ਪਹਿਲਾਂ ਯਾਰ ਆਉਂਦਾ ਕਿ ਨਹੀਂ ਨਹੀਂ ਖੁੱਲਦਾ, ਬਸ ਬਹੁਤ ਆ। ਚਲੋ ਵੀ ਟਾਈਮ ਵੀ ਹੋ ਗਿਆ, ਹੋਪਫੁਲੀ ਗਾਂ ਵਾਲੀ ਗੱਡੀ ਵੀ ਇੰਨੀ ਕੁ ਹੋਵੇ ਸਰ ਜਾਣਾ ਆਪਣਾ। ਟਾਈਮ ਹੋ ਗਿਆ ਜੀ 9 ਵਜੇ ਫਲਾਈਟ ਆ, 5 ਵਜੇ ਆਪਾਂ ਨਿਕਲ ਜਾਂਦੇ ਆ, ਘੰਟੇ ਪਹੁੰਚ ਜਾਏ ਘੰਟੇ ਤੋਂ ਪਹਿਲਾਂ। ਸੱਚੀ ਕਹਿ ਸਾਨੂੰ ਤਾਂ ਹੁਣ ਪਤਾ ਲੱਗਿਆ, ਕੈਲਗਰੀ ਚ ਗੜੇ ਪਤਾ ਕਿੰਨੇ ਪਏ ਨੇ, ਘਰ ਟੁੱਟ ਗਏ ਗੜੇ ਪੈਣ ਨਾਲ, ਗੱਡੀਆਂ ਟੁੱਟ ਗਈਆਂ। ਉਹ ਇੰਸ਼ੋਰੈਂਸ ਕਵਰ ਕਰਦੀ ਆ, ਪਰ ਫਿਰ ਵੀ ਜੇ ਤੁਹਾਡਾ ਨਵਾਂ ਘਰ ਹੋਵੇ ਉਹ ਗੱਲ ਨੀ ਬਣਦੀ ਦੁਬਾਰਾ। ਸਿਸਟਰਸ ਵਾਹਿਗੁਰੂ ਵਾਹਿਗੁਰੂ। ਯਾਰ ਜੇ ਹੁੰਦਾ ਵੀ ਅਸੀਂ ਮੰਨਦੇ ਨੀ ਹੈਗੇ ਰਵੀ, ਅਸੀਂ ਏਦਾਂ ਦੇ ਵੀ ਹੈਗੇ। ਥੋੜਾ ਜਿਹਾ ਟ੍ਰੈਫਿਕ ਜਾਮ ਆ, ਅੱਗੇ ਜਾ ਕੇ ਥੋੜਾ ਜਿਹਾ ਜ਼ਿਆਦਾ ਹੀ ਲਾ ਲਾ, ਪਰ ਡਿਸਟੈਂਸ ਸਿਰਫ 10 ਕਿਲੋਮੀਟਰ ਰਹਿ ਗਏ। ਹਾਈਵੇ ਤੇ ਤਾਂ ਗੱਡੀ ਚੱਲਦੀ ਜਾਵੇ ਫਿਰ ਪਤਾ ਨੀ ਲੱਗਦਾ ਹੈਗਾ, ਤੁਰ ਕੇ ਵੀ ਜਾ ਸਕਦੇ ਹੋ। ਪਰ ਇਸ ਵਾਰ ਉਹ ਬਹੁਤ ਐਨਰਜੀ ਇੰਨੀ ਜ਼ਿਆਦਾ ਘੱਟ ਆ ਵੀ ਨੀਂਦ ਹੀ ਆਈ ਜਾਂਦੀ ਆ, ਅੱਖਾਂ ਬੰਦ ਹੋਈ ਜਾ ਰਹੀਆਂ ਨੇ। ਥੋੜੇ ਦਿਨ ਪਹਿਲਾਂ ਹੀ ਮੈਂ ਉਹ ਫਿਲਮ ਦੇਖੀ ਆ ਜਿਹਦੇ ਵਿੱਚ ਜਹਾਜ਼ ਕਰੈਸ਼ ਹੋ ਜਾਂਦਾ, ਉਹ ਬਚਦੇ ਆ ਬੰਦੇ ਯਾਰ, ਕਮਾਲ ਸੋਸਾਇਟੀ ਆਫ ਸਨੋ। ਹਾਂ ਯਾਰ ਬੜੀ ਘੈਂਟ, ਬੜੀ ਖਤਰਨਾਕ ਸੀ ਯਾਰ, ਰੀਅਲ ਸਟੋਰੀ ਆ ਯਾਰ। ਉਹ ਬੰਦੇ 71-72 ਖੜੀ ਕਿੰਨੇ ਦਿਨ ਉਹ ਆਮ ਹੀ ਰਹੇ ਯਾਰ, ਜਮੀ ਬਰਸਨ ਤੇ ਕੋਈ ਵੈਜੀਟੇਸ਼ਨ ਨਹੀਂ, ਕਿੰਨੇ ਜਾਣੇ ਮਰ ਗਏ ਸੀ ਉਹ ਚ, ਰਗਬੀ ਦੇ ਪਲੇਅਰ ਸੀ, ਤਕੜੇ ਮੁੰਡੇ ਸੀ ਜਿਹੜੇ ਬਚ ਗਏ ਸੀ ਉਹ। ਤੇ ਫਿਰ ਉਹ ਜਦੋਂ ਤੋਂ ਜਦੋਂ ਸਾਰਾ ਕੁਝ ਖਾਣ ਨੂੰ ਮੁੱਕ ਜਾਂਦਾ, ਫਿਰ ਉਹ ਜਿਹੜੇ ਬੰਦੇ ਮਰ ਗਏ ਸੀ ਉਹਨਾਂ ਦੀਆਂ ਲਾਸ਼ਾਂ ਖਾਣੀਆਂ ਸ਼ੁਰੂ ਕਰਦੇ ਆ। ਪਹਿਲਾਂ ਫਲੈਸ਼ ਖਾਂਦੇ ਆ, ਫਿਰ ਕਾਲ ਜਿਹਾ ਕਲੇਜੀ ਸਾਰਾ ਕੁਝ ਖਾਂਦੇ ਆ, ਫਿਰ ਦਿਮਾਗ ਅੱਖਾਂ ਤੱਕ ਵੀ ਨੀ ਛੱਡਦੇ ਹੈਗੇ। ਦੇਖ ਫਿਰ ਉਹ ਦੋ ਬੰਦੇ ਨਿਕਲ ਕੇ ਜਾਂਦੇ ਆ ਵੀ ਆਪਾਂ ਲੱਭ ਕੇ ਆਉਂਦੇ ਆ ਕਿਤੇ,
ਫਿਰ ਉਹਨਾਂ ਨੂੰ ਇੱਕ ਬੰਦਾ ਲੱਭਦਾ ਜਾ ਕੇ ਕਿੱਥੇ ਕਿੰਨੇ 11 ਦਿਨ ਤੁਰਦੇ ਹੋ, ਫਿਰ ਉਹਨਾਂ ਨੂੰ ਲੱਭਦਾ ਇੱਕ ਦਿਨ ਔਖਾ ਜਹਾਜ਼ ਦੇ ਵਿੱਚ 7-8 ਘੰਟੇ ਹੁਣ ਕਿੰਨਾ ਸਫ਼ਰ ਹੁੰਦਾ 14 ਘੰਟੇ ਦਾ ਕੱਢਣਾ ਔਖਾ ਹੋ ਜਾਂਦਾ ਜਮਾ ਹੀ ਠੰਡ ਦੇ ਵਿੱਚ ਬਰਫ਼ ਦੇ ਉੱਤੇ 72 ਦਿਨ ਰਹਿਣਾ ਅਸੀਂ ਮਾੜਾ ਜਿਹਾ ਗਲਤ ਰਸਤਾ ਪੈ ਗਏ ਸੀਗੇ ਪਰ ਫਿਰ ਵੀ ਪਹੁੰਚ ਗਏ ਸੀ ਟਾਈਮ ਤੇ, ਇੱਕ ਟਰਨ ਮਾੜੀ ਜਿਹੀ ਗਲਤ ਹੋ ਗਈ ਸੀਗੀ, ਟ੍ਰੈਫਿਕ ਵੀ ਹੋ ਜਾਂਦੀ ਆ, ਰਸਤਾ ਤਾਂ ਸਹੀ ਸੀ ਲੰਬਾ ਸੀਗਾ, ਇੱਧਰ ਕੋਈ ਫਲਾਈਟ ਉੱਤਰੀ ਆ ਬਾਹਲੇ ਜਾਣੇ ਆਏ ਹੋਏ ਨੇ ਲੈਣ ਵਾਸਤੇ, ਉੱਪਰਲਾ ਖਾਲੀ ਲੱਗਦਾ ਕਿਉਂਕਿ ਉੱਪਰ ਤਾਂ ਬੰਦਾ ਡਰੋਪ ਕਰਕੇ ਭੱਜ ਜਾਂਦਾ, ਇੱਧਰ ਦੇਖੋ ਥੱਲੇ ਪੂਰੀ ਬਾਰੀ ਵੀ ਹੈਗੀ ਨਹੀਂ ਬਾਰੀ ਨੀ ਹੁੰਦੀ ਹੁੰਦੀ ਨੀ ਹਨਾ, ਨਹੀਂ ਇੱਥੇ ਵੀ ਹੈਗੀ ਆ ਭੀੜ ਬਈ, ਮੈਂ ਗਲਤ ਸੀਗਾ ਸਾਨੂੰ ਸਬਸਕ੍ਰਾਈਬਰ ਮਿਲ ਗਏ, ਚਲੋ ਵੀ ਆ ਗਿਆ ਸਮਾਨ ਦਾ ਸੈੱਟ, ਸਿੰਘ ਪਾਣੀ ਵਾਲੀ ਬੋਟਲ ਹੈਗੀ 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 ਸਰ, ਮੇਰੇ ਨਾ ਬੈਗ ਸਹੀ ਕਰਕੇ ਰੱਖਣੇ ਵਾਲਿਆ, ਚਲੋ ਵੀ ਸਮਾਨ ਦਾ ਸੈੱਟ ਆ ਗਿਆ, ਹੁਣ ਚੱਲਦੇ ਆ, ਭੀੜ ਮੇਰੇ ਹਿਸਾਬ ਨਾਲ ਅੰਦਰ ਵੀ ਬਹੁਤ ਹੋਣੀ ਆ, ਬਾਏ ਬਾਏ ਗਾਇਸ, ਬਾਏ ਬਾਏ, ਮੈਂ ਉਮੀਦ ਕਰਦਾ ਵਲੌਗ ਆਜੂਗਾ ਵੀ ਤੁਸੀਂ ਪਹੁੰਚੋਗੇ ਹਲੋ।